ਅੱਲੈਕਮ ਜੀ ਜਿਹੜੇ ਬੰਦੇ ਨੂੰ ਇਕਰਾਰ ﺍﻟ हसन ਸਾਹਿਬ ਨਾਲ ਮੁਹੱਬਤ ਹੈ ਨਾ ਜਿਹੜਾ ਇਕਰਾਰ ﺍﻟ हसन ਸਾਹਿਬ ਦਾ ਫੈਨ ਹੈ ਅੱਜ ਇਸ ਵੀਡੀਓ ਨੂੰ ਜ਼ਰੂਰ ਵੇਖੇਗਾ ਔਰ ਮੇਰੀ ਇੱਕ ਗੱਲ ਨੂੰ ਜ਼ਰੂਰ ਸੁਨੇਗਾ ਮੈਂ ਰਿਕਵੈਸਟ ਕਰਦਾ ਪਿਆ ਯਾਰ ਹਕ ਖਤੀਬ ਮੈਂ ਬਿਲਕੁਲ ਤਖੀਰ ਗੱਲ ਸ਼ੁਰੂ ਕਰ ਦਿੱਤੀ ਹੈ ਹਕ ਖਤੀਬ ਨੇ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਗੱਲ ਕੀਤੀ ਹੈ ਕਿ ਮੈਂ ਅੱਲਾ ਦਾ ਵਲੀ ਹਾਂ ਮੈਂ ਵਲੀ ਹਾਂ ਉਹਦੇ ਚੇਲੇ ਜਿਹੜੇ ਨੇ ਉਹ ਵੀ ਇਹ ਗੱਲ ਕਰਦੇ ਨੇ ਕਿ ਵਲਾਇਤ ਕੀ ਕਮਾਲ ਦੇਖੇ ਤੇ ਇਹ ਕਰੇ ਤੇ ਉਹ ਕਰੇ ਹੁਣ ਇਕਰਾਰ ਸਾਹਿਬ ਦੇ ਸਾਹਮਣੇ ਇਕਰਾਰ ﺍﻟ हसन ਭਾਈ ਦੇ ਸਾਹਮਣੇ ਬੰਦਾ ਮੰਨ ਗਿਆ ਕਿ ਮੈਂ ਕੋਈ ਵਲੀ ਨਹੀਂ ਤੇ ਹਜੇ ਤੱਕ ਜਿਹੜੇ ਇਕਰਾਰ ﺍﻟ हसन ਦੇ ਖਿਲਾਫ ਵੀਡੀਓ ਬਣਾ ਰਹੇ ਨੇ ਤੇ ਹਜੇ ਤੱਕ ਉਸ ਬੰਦੇ ਨੂੰ ਮੰਨ ਰਹੇ ਨੇ ਤੁਹਾਡੀ ਅਕਲ ਨਹੀਂ ਕੰਮ ਕਰਦੀ ਯਾਰ ਕੋਈ ਸ਼ਹੋਰ ਨਾ ਆਤ ਮਾਰੋ ਔਰ ਜਿਹੜਾ ਬੰਦਾ ਚਵਲ ਮੇਰੇ ਵਰਗਾ ਜਿੰਦੀ ਘਰ ਇੱਜ਼ਤ ਨਾ ਹੋਵੇ ਇਕਰਾਰ ﺍﻟ हसन ਦੇ ਖਿਲਾਫ ਤੂੰ ਕੋਣ ਉਹ ਨਾ ਵੀਡੀਓ ਬਣਾਉਣ ਵਾਲਾ ਯਾਰ ਕੁਈ ਅਕਲ ਨਾ ਹਤ ਮਾਰੋ ਇਸ ਬੰਦੇ ਦਿੱਕਤ ਕਰੋ ਅਰਸ਼ਦ ਸ਼ਰੀਫ ਦੀ ਅਸੀਂ ਕਦੋਂ ਕਦਰ ਕੀਤੀ ਜਦੋਂ ਸਾਡੇ ਕੋਲ ਜੁਦਾ ਹੋ ਗਿਆ ਅੱਲਾ ਪਾਕ ਸਾਡੇ ਇਸ ਭਾਈ ਨੂੰ ਸਲਾਮਤ ਰੱਖੇ ਅੱਲਾ ਪਾਕ ਦੀ ਹਿਫਾਜ਼ਤ ਫਰਮਾਵੇ ਯਕੀਨ ਕਰੋ ਅੱਲਾ ਪਾਕ ਦੀ ਲੰਮੀ ਮੈਂ ਯਕੀਨ ਕਰੋ ਮੈਂ ਅੱਲਾ ਕੋ ਦੁਆ ਕਰਨਾ ਅੱਲਾ ਪਾਕ ਮੇਰੀ ਜ਼ਿੰਦਗੀ ਖੁਦਾ ਦੀ ਕਸਮ ਹੈ ਅੱਲਾ ਪਾਕ ਮੇਰੀ ਜ਼ਿੰਦਗੀ ਇਕਰਾਰ ਭਾਈ ਨੂੰ ਲਾ ਦੇਵੇ ਲਾਪਾਕ ਨੂੰ ਸਲਾਮਤ ਰੱਖੇ ਕਿਉਂਕਿ ਇਸ ਬੰਦੇ ਦੀ ਸਾਡੇ ਮੁਲਕ ਨੂੰ ਬੜੀ ਜ਼ਰੂਰਤ ਹੈ ਯਕੀਨ ਕਰੋ ਐਫਓ ਜੀ ਬੰਦਾ ਸਾਨੂੰ ਹੋਰ ਕੋਈ ਨਹੀਂ ਲੱਭਣਾ ਨਾ ਕੋ ਸਾਨੂੰ ਨਜ਼ਰ ਆ ਰਿਹਾ ਹੈ ਕਿ ਐਫਓ ਜੀ ਸਾਹਫੀ ਸਾਨੂੰ ਕੋਰ ਲੱਭਣਾ ਹੈ ਐਫਜੀ ਐਂਕਰ ਸਾਨੂੰ ਕੋਰ ਲੱਭਣਾ ਹੈ ਇਹੋ ਜੀ ਐਂਕਰ ਹੋਰ ਕੋਈ ਵੀ ਨਹੀਂਗਾ ਜੀ ਯਕੀਨ ਕਰੋ ਕਮਾਲ ਦਾ ਬੰਦਾ ਹੈ ਮੈਂ ਮੰਨਿਆ ਉਹ ਸ਼ੋਅ ਕਰਦਾ ਹੈ ਉਹਦੇ ਪੈਸੇ ਲੈਂਦਾ ਹੈ ਪ੍ਰੋਗਰਾਮ ਦੇ ਪੈਸੇ ਲੈਂਦਾ ਹੈ ਲੇਕਿਨ ਉਹਨੂੰ ਪੈਸੇ ਦੀ ਪਰਵਾਹ ਨਹੀਂ ਉਨ ਪਰਵਾਹ ਤੇਰੇ ਮੇਰੇ ਪਾਕਿਸਤਾਨ ਦੀ ਤੇਰੇ ਮੇਰੇ ਪਾਕਿਸਤਾਨ ਦੀ ਬੱਚੀਆਂ ਦੀ ਕਿੰਨੀਆਂ ਜੇਲੀਆਂ ਪੀੜਾਂ ਕੋਲੋਂ ਨੇ ਬਚਾਇਆ ਔਰ ਉਹਨੇ ਸਾਬਤ ਕਰ ਵਿਖਾਇਆ ਉਹਨੇ ਆਪਣੇ ਬਾਜ਼ੂ ਤੋੜਵਾਏ ਨੇ ਉਹਨੇ ਆਪਣੇ ਸਿਰ ਪੜਵਾਏ ਨੇ ਉਹ ਤੁਹਾਨੂੰ ਭੁੱਲ ਗਏ ਨੇ 1 ਮਿੰਟ ਦੇ ਵਿੱਚ ਇੰਨੀ ਜਲਦੀ ਤੁਸੀਂ ਭੁੱਲ ਗਏ ਹੋ ਯਾਰ ਤੁਹਾਡਾ ਦਿਲ ਕਿਵੇਂ ਕਰਦਾ ਇਕਰਾਰ ਭਾਈ ਦੇ ਖਿਲਾਫ ਗੱਲ ਕਰਨ ਤੇ ਮੈਂ ਹੈਰਾਨ ਆ ਯਾਰ ਤੁਹਾਡੇ ਕੋਲ ਜਿਹੜੇ ਬੰਦੇ ਦੀ ਘਰ ਇੱਜ਼ਤ ਨਹੀਂ ਇਕਰਾਰ ਭਾਈ ਦੇ ਖਿਲਾਫ ਗੱਲਾਂ ਕਰ ਰਿਹਾ ਹੈ ਡਰਾਮਾ ਵੇਖੋ ਇਕਰਾਰ ﺍﻟ हसन ਔਰ ਹaq ਖਤੀਬ ਕਾ ਤੇ ਇਹ ਤੇ ਉਹ ਨਾ ਕਰੋ ਖੁਦਾ ਦਾ ਨਾਮ ਹੈ ਯਕੀਨ ਕਰੋ ਬੰਦੇ ਨੇ ਉੱਥੇ ਜਾ ਕੇ ਹਕ ਖਤੀਬ ਦੇ ਆਸਤਾਨੇ ਤੇ ਜਾ ਕੇ ਪਤਾ ਕਿਹੜੀ ਗੱਲ ਕੀਤੀ ਹੈ ਉਹ ਸਕੇ ਅੱਲਾਹ ਕਰੇ ਮੈਂ ਇੱਥੇ ਮਾਰ ਦਿੱਤਾ ਜਾਵਾਂ ਮੀਂ ਖੁਆਇਸ਼ ਹੈ ਇੱਕ ਇਕਰਾਰ ਭਾਈ ਨੇ ਕਿਹਾ ਮੈਂ ਇੱਥੇ ਮਾਰ ਦਿੱਤਾ ਜਾਵਾਂ ਔਰ ਮੇਰਾ ਪਰਚਾ ਹਕ ਖਤੀਬ ਤੇ ਦਰਜ ਹੋਵੇ ਯਾਰ ਇਹ ਗੱਲ ਸੁਣਨ ਤੋਂ ਬਾਅਦ ਵੀ ਜਿਹੜਾ ਬੰਦਾ ਇਕਰਾਰ ਭਾਈ ਦੇ ਖਿਲਾਫ ਗੱਲ ਕਰੇ ਉਹ ਤੂੰ ਤਾਂ ਇਨਸਾਨ ਹੀ ਨਹੀਂ ਹੈ ਯਾਰ ਤੂੰ ਹਜੇ ਕਮ ਇਕਰਾਰ ਭਾਈ ਦਾ ਡਰਾਮਾ ਚੈੱਕ ਕਰੋ ਉਹ ਬੰਦਾ ਆਪਣੀ ਜਾਨ ਦੀ ਨਾ ਪਰਵਾਹ ਕਰਕੇ ਬੱਤੇ ਅਗਲਾ ਜਾ ਕੇ ਉੱਥੇ ਕੀ ਕੁਛ ਨਹੀਂ ਕਰ ਰਿਹਾ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਿਹੜੇ ਇਕਰਾਰ ਉਲ ਹਸਨ ਵਰਗੇ ਵੱਡੇ ਬੰਦੇ ਹੁੰਦੇ ਨੇ ਨਾ ਉਹ ਯਕੀਨੀ ਕਰੋ ਆਪਣੇ ਘਰੋਂ ਬਾਹਰ ਨਿਕਲ ਕੇ ਦਸਾਂ ਬੰਦਿਆਂ ਨੂੰ ਨਹੀਂ ਮਿਲਦੇ ਵੀ ਮਾਤਾ ਇਹਦੇ ਵਿੱਚ ਮੇਰੇ ਕੋਲ ਦੁਸ਼ਮਣ ਨਾ ਹੋਵੇ ਤੇ ਹਜ਼ਾਰਾਂ ਕਰੋੜਾਂ ਬੰਦਿਆਂ ਦੇ ਵਿੱਚ ਜਾ ਖਲੋਤਾ ਹੋਇਆ ਬੰਦਾ ਉਹਦੀ ਜਾਨ ਨੂੰ ਖਤਰਾ ਨਹੀਂ ਹੈਗਾ ਕਿੰਨੀ ਕੁ ਸਿਕਿਉਰਿਟੀ ਸੀ ਉੱਥੇ ਹਾਲਾਂਕਿ ਆਵਾਮ ਇੰਨੀ ਜ਼ਿਆਦਾ ਗੁੰਡੇ ਸੀ ਉਹ ਅੱਖ ਖਦੀਬ ਦੇ ਉੱਤੇ ਸਾਰੇ ਲੇਕਿਨ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਫਿਰ ਵੀ ਬੰਦਾ ਉੱਥੇ ਪਹੁੰਚਿਆ ਕਿਦੀ ਖਾਤਰ ਪਹੁੰਚਿਆ ਸਿਰਫ ਉਹ ਆਪਣੇ ਪ੍ਰੋਗਰਾਮ ਦੀ ਖਾਤਰ ਪਹੁੰਚਿਆ ਨਹੀਂ ਉੱਤੇਰੇ ਪਾਕਿਸਤਾਨ ਦੀ ਖਾਤਰ ਪਹੁੰਚਿਆ ਤੇਰੇ ਮੁਲਕ ਦੇ ਵਿੱਚੋਂ ਐਸੇ ਜਿਹੜੇ ਜਲ ਯਮਲ ਉਹਨਾਂ ਨੂੰ ਮਿਟਾਣਾ ਚਾਹੁੰਦਾ ਤੇਰੇ ਮੁਲਕ ਦੀ ਸਫਾਈ ਕਰਨਾ ਚਾਹੁੰਦਾ ਹੈ ਬੰਦਾ ਅਰਸ਼ਦ ਸ਼ਰੀਫ ਜਦੋਂ ਜ਼ਿੰਦਾ ਸੀ ਉਹ ਉਹ ਵੀ ਸਾਡੇ ਮੁਲਕ ਦੀ ਕਦਰ ਕਦਰ ਕਰਦਾ ਰਿਹਾ ਸਾਡੇ ਮੁਲਕ ਦੇ ਵਿੱਚੋਂ ਸਫਾਈਆਂ ਕਰਦਾ ਰਿਹਾ ਕਰਪਟ ਇਨਸਾਨਾਂ ਦੀਆਂ ਲੇਕਿਨ ਅਸੀਂ ਉਹਦੀ ਕਦਰ ਕਦੋਂ ਕੀਤੀ ਜਦੋਂ ਸਾਡੇ ਕੋਲ ਜੁਦਾ ਹੋ ਗਿਆ ਫਿਰ ਵੀ ਅਸੀਂ ਚਾਰ ਦੇ ਨਰਸ਼ਦ ਸ਼ਰੀਫ ਦਾ ਨਾਮ ਲਿਆ ਤੇ ਭੁੱਲ ਗਏ ਖੁਦਾ ਦਾ ਨਾਮ ਹੈ ਅੱਜ ਦਾ ਮੇਰਾ ਟੋਪਿਕ ਇਹ ਹੈ ਕਿਕਰਾਰ ﺍﻟ हसन ਦੀ ਕਦਰ ਕਰੋ ਖੁਦਾ ਦੀ ਕਸਮੇਂ ਉਹ ਬੰਦਾ ਨਰ ਬੰਦਾ ਹੈ ਯਕੀਨ ਕਰੋ اور ਮਰਦ ਇਨਸਾਨ ਹੈ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਹਕ ਖਤੀਬ ਕਿਉਂ ਨਹੀਂ ਆਇਆ ਇਹਦੇ ਕੋਲ ਇਕਰਾਰ ਉਲ हसन ਸਾਹਿਬ ਕੋਲ ਹਕ ਖਤੀਬ ਕਿਉਂ ਨਹੀਂ ਆਇਆ ਹਕ ਖਤੀਬ ਨਹੀਂ ਨਹੀਂ ਜਾ ਸਕਦਾ ਉਧਰ ਇਕਰਾਰ ਭਾਈ ਹਕ ਖਤੀਬ ਕੋਲ ਗਏ ਨਹੀਂ ਹਕ ਖਤੀਬ ਕਿਉਂ ਨਹੀਂ ਅਧਰ ਆਇਆ ਕਿਉਂਕਿ ਹਕ ਖਤੀਬ ਡਰਦਾ ਹੈ ਇਕਰਾਰ ﺍﻟ हसन ਨੇ ਡਰ ਬੰਦਾ ਯਕੀਨ ਕਰੋ ਔਰ ਨਰ ਬੰਦਾ ਹੈ ਔਰ ਮਰਦ ਹੈ ਇਕਰਾਰ ﺍﻟ हसन ਜਿਹੜਾ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਵੀ ਉੱਥੇ ਪਹੁੰਚਿਆ ਔਰ ਉਹਨੇ ਜਾ ਕੇ ਹੱਕ ਖਤੀਬ ਨਾਲ ਮੁਨਾਜ਼ਰਾ ਕੀਤਾ ਔਰ ਮੁਨਾਜ਼ਰਾ ਜਿੱਤ ਕੇ ਆਇਆ ਔਰ ਇਕਰਾਰ ﺍﻟ हसन ਨੇ ਸਾਬਤ ਕੀਤਾ ਹੈ ਕਿ ਹੱਕ ਖਤੀਬ ਜਲੀ ਹੈ ਇਕਰਾਰ ﺍﻟ हसन ਸੱਚਾ ਹੈ ਹਜੇ ਵੀ ਜਿਹੜੇ ਬੰਦੇ ਖਿਲਾਫ ਗੱਲ ਕਰਨ ਇਹ ਹੱਕ ਖਤੀਬ ਕਿਉਂ ਨਹੀਂ ਗਿਆ ਉਹਦੇ ਕੋਲ ਹਾਲਾਂਕਿ ਇਕਰਾਰ ﺍﻟ हसन ਸਾਹਿਬ ਨੇ ਉਹਨੇ ਉਹਦੇ ਖਿਲਾਫ ਜੋ ਗੱਲਾਂ ਕੀਤੀਆਂ ਤੇ ਹੱਕ ਖਤੀਬ ਦਾ ਕੰਮ ਸੀ ਭਾਈ ਮੈਂ ਤੇਰੇ ਕੋਲ ਆ ਰਿਹਾ ਮੈਂ ਆਪਣੀ ਕਰਾਮਾਤ ਉਹ ਖਾਣਾ ਤੇਰੇ ਘਰ ਆ ਕੇ ਖਾਣਾ ਕਰਾਚੀ ਦੀ ਵਿੱਚ ਆ ਕੇ ਖਾਣਾ ਉਹਦੀ ਜ਼ਰਤ ਹੀ ਨਹੀਂ ਪਈ ਉਹ ਬੰਦਾ ਹੱਤਾ ਕੇ ਉੱਥੇ ਜਿਹੜਾ ਟਾਈਮ ਮੁਨਾਜ਼ਰੇ ਦਾ ਟੈ ਆਇਆ ਸੀ ਉਸ ਤੋਂ ਵੀ 2 ਘੰਟੇ 2.5 ਘੰਟੇ ਲੇਟ ਆਇਆ ਇਕਰਾਰ ਭਾਈ ਫਿਰ ਵੀ ਬਿਠੇ ਰਹੇ ਐਡਵਾਂਸ ਜਾ ਕੇ ਉੱਥੇ ਬਹਿ ਗਏ ਨੇ ਫਿਰ 2.5 ਘੰਟੇ ਫਿਰ ਵੀ ਬਿਠੇ ਰਹੇ ਨੇ ਇਹਨੇ ਜੰਮੇਗਾ ਫਿਰ ਇਹਨੇ ਰਾਸਤੇ ਵਿੱਚ ਨੇ ਸ਼ੋਰ ਦੇ ਵਿੱਚ ਆਪਣੀ ਜਾਨ ਦੀ ਨਾ ਪਰਵਾਹ ਕਰਕੇ ਉੱਥੇ ਬਿਠੇ ਰਹੇ ਨੇ ਤੇ ਹਜ ਜੜ ਚਵੜ ਮੇਰੇ ਵਰਗੇ ਆਖਣ ਬਿਕਰਾਰ ਹਸਨ ਦਾ ਡਰਾਮਾ ਵੇਖੋ ਤੇ ਇਹ ਕਰੋ ਤੇ ਉਹ ਕਰੋ ਤੁਹਾਡੀ ਅਕਲ ਨਹੀਂ ਕੰਮ ਕਰਦੀ ਤੁਸੀਂ ਕੋਈ ਮੰਨੇ ਜਾਂ ਨਾ ਮੰਨੇ ਇਕਰਾਰ ਭਾਈ ਮੈਂ ਤੁਹਾਨੂੰ ਸਲਾਮ ਪੇਸ਼ ਕਰਨਾ ਯਕੀਨ ਕਰੋ ਔਰ ਮੈਂ ਦੁਆ ਕਰਨਾ ਕਿ ਅੱਲਾਹ ਪਾਕ ਮੇਰੀ ਜ਼ਿੰਦਗੀ ਵੀ ਤੁਹਾਨੂੰ ਲਾ ਦੇਵੇ ਯਕੀਨ ਕਰੋ ਤੁਸੀਂ ਸਲਾਮਤ ਰਹੋ ਔਰ ਜੀਂਦੇ ਰਹੋ ਅੱਲਾਹ ਪਾਕ ਤੁਹਾਡੀ ਲੰਮੀ ਜ਼ਿੰਦਗੀ ਕਰੇ ਯਕੀਨ ਕਰੋ ਔਰ ਮੈਂ ਸਲਾਮ ਦਵਾਂ ਤਾਂ ਸਲਾਮ ਪੇਸ਼ ਕਰਨਾ ਤੁਹਾਨੂੰ ਯਕੀਨ ਕਰੋ ਐਸੇ ਤਰ੍ਹਾਂ ਕੰਮ ਕਰੋ ਔਰ ਇੱਕ ਕਦਮ ਬੜਾਓ ਇਕਰਾਰ ਭਾਈ ਹਮ ਤੁਹਾਡੇ ਸਾਥ ਹੈ ਮੈਂ ਅੱਜ ਕਹਿੰਦਾ ਇਕਰਾਰ ਭਾਈ ਤੁਸੀਂ ਕਦਮ ਵਧਾਓ ਮੈਂ ਤੁਹਾਡੇ ਨਾਲ ਆ ਪੂਰਾ ਪਾਕਿਸਤਾਨ ਤੁਹਾਡੇ ਨਾਲ ਹੈ ਔਰ ਜਿਹਨੂੰ ਸ਼ਹੂਰ ਔਰ ਅਕਲ ਹੈ ਉਹ ਬੰਦਾ ਤੁਹਾਡੇ ਨਾਲ ਹੈ ਜਿਹੜਾ دین ਇਸਲਾਮ ਜਾਣਦਾ ਹੈ ਉਹ ਤੁਹਾਡੇ ਨਾਲ ਹੈ ਅਗਰ ਤੁਹਾਡੇ ਨਾਲ ਨਹੀਂ ਤੇ ਜਿਹੜਾ ਅਨਪੜ ਹੈ ਔਰ ਜਿਹੜਾ ਜਹਲ ਹੈ ਉਹ ਤੁਹਾਡੇ ਨਾਲ ਨਹੀਂ ਜਿਨੂੰ ਕਲਮਾ ਆਖਲਾ ਜਿਨੂੰ ਕਲਮੇ ਦਾ ਪਤਾ ਹੈ ਨੇ ਜਿਹੜੇ ਬੰਦੇ ਨੂੰ ਕਲਮਾ ਕੀ ਚੀਜ਼ ਹੈ ਲਾ ਇਲਾਹਾ ਇਲਾ ਲਲਾ ਮੁਹੰਮਦ ਅਰ ਰਸੂਲ ਅੱਲਾਹ ਇਹ ਕੀ ਚੀਜ਼ ਹੈ ਜਿਹੜੇ ਬੰਦੇ ਨੂੰ ਪਤਾ ਨਾ ਇਕਰਾਰ ਬਾਈ ਉਹ ਇਕਰਾਰ ਇਕਰਾਰੁਲ ਹਸਨ ਦੇ ਨਾਲ ਹੈ ਔਰ ਜਿਨੂੰ ਕਲਮੇ ਦਾ ਇਹਨਾਂ ਨੂੰ ਪਤਾ ਉਹ ਹੱਕ ਖਤੀਬ ਦੇ ਨਾਲ ਹੈ ਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਮੇਰੀ ਵੀਡੀਓ ਉੱਤੇ ਤੱਕ ਪਹੁੰਚੇ ਔਰ ਉਹਨਾਂ ਜਹਾਂ ਤੱਕ ਪਹੁੰਚੇ ਜਿਹੜੇ ਇਕਰਾਰ ਭਾਈ ਦੇ ਖਿਲਾਫ ਨੇ ਔਰ ਤੁਸੀਂ ਇਕਰਾਰ ਭਾਈ ਨਾਲ ਅਗਰ ਮੁਹੱਬਤ ਕਰਦੇ ਹੋ ਤੇ ਆਈ ਲਵ ਇਕਰਾਰ ਜ਼ਰੂਰ ਲਿਖਣਾ ਨੇ ਇੱਕ ਆਈ ਲਵ ਇਕਰਾਰ ﺍﻟ हसन ਜ਼ਰੂਰ ਲਿਖੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਕਰਾਰ ﺍﻟ हसन ਨਾਲ ਮੁਹੱਬਤ ਕਰਨ ਵਾਲੇ ਕਾਫੀ ਨੇ ਫੀਮਾਨ ਅੱਲਾ ਅਲਾ ਹਫਿਜ਼